ਨਿਊਜ਼ੀਲੈਂਡ ਦੇ ਵਿੱਚ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਇਲਾਜ ਕਰਾਉਣ ਲਈ 7 ਘੰਟੇ ਦੀ ਉਡੀਕ ਕਰਨੀ ਪਈ ਜਦੋਂ ਕਿ ਉਸ ਨੂੰ ਐਂਟੀਬਾਇਓਟਿਕਸ ਦੀ ਸਖਤ ਲੋੜ ਸੀ। ਦਰਅਸਲ 2023 ਦੇ ਪਹਿਲੇ 8 ਮਹੀਨਿਆਂ ਵਿੱਚ 24 GP ਪ੍ਰੈਕਟਿਸ ਅਤੇ ਕਲੀਨਿਕਾਂ ਨੂੰ ਸਟਾਫ ਦੀ ਘਾਟ ਕਾਰਨ ਕੰਮ ਦੇ ਘੰਟੇ ਘਟਾਉਣੇ ਪਏ ਜਾਂ ਕਲੀਨਿਕ ਹੀ ਬੰਦ ਕਰਨੇ ਪਏ। ਜ਼ਖਮੀ ਵਿਅਕਤੀ ਇੱਕ ਮਛੇਰਾ ਸੀ ਜਿਸ ਦੇ ਪਿਛਲੇ ਹਫਤੇ ਡਿੱਗਣ ਦੇ ਨਾਲ ਸੱਟ ਲੱਗ ਗਈ ਸੀ ਜਿਸ ਕਰਕੇ ਉਸਦੇ ਗੁੱਟ ਤੇ ਗੰਭੀਰ ਜ਼ਖਮ ਹੋ ਗਿਆ। ਉਸ ਤੋਂ ਬਾਅਦ ਉਹ ਸਾਊਥਲੈਂਡ ਹਸਪਤਾਲ ਗਿਆ ਅਤੇ ਰਿਸੈਪਸ਼ਨ ਤੇ ਟ੍ਰਾਈਜ਼ ਕੀਤਾ ਪਰ ਉਸ ਨੂੰ ਇਲਾਜ ਲਈ 7 ਘੰਟੇ ਉਡੀਕ ਕਰਨ ਲਈ ਛੱਡ ਦਿੱਤਾ ਗਿਆ। ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੂੰ ਪੈਰਾਸੀਟਾਮੋਲ ਦਿੱਤਾ ਗਿਆ ਪਰ ਉਸ ਨੂੰ ਕੋਈ ਵੀ ਦਵਾਈ ਨਹੀਂ ਮਿਲੀ। ਉਸਨੇ ਦੱਸਿਆ ਹੈ ਕਿ ਮੇਰੇ ਇਲਾਵਾ ਉੱਥੇ ਹੋਰ ਵੀ ਬਹੁਤ ਲੋਕ ਸਨ ਜਿਹੜੇ ਇਲਾਜ ਲਈ ਤੜਪ ਰਹੇ ਸਨ। ਇੱਕ ਆਫ ਡਿਊਟੀ ਨਰਸ ਵਾਰਟਨ ਦੇ ਸਾਥੀ ਦੇ ਪਰਿਵਾਰਕ ਮੈਂਬਰਾਂ ਨੇ ਅਗਲੇ ਦਿਨ ਉਸਦੇ ਜ਼ਖਮ ਨੂੰ ਸਾਫ਼ ਕੀਤਾ। ਇਸ ਗੱਲ ਤੋਂ ਬਾਅਦ ਹਸਪਤਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਉਕਤ ਵਿਅਕਤੀ ਹਸਪਤਾਲ ਦੇ ਵਿੱਚ ਪੁੱਜਾ ਸੀ ਤਾਂ ਹਸਪਤਾਲ ਦੇ ਵਿੱਚ ਸਟਾਫ ਦੀ ਕਮੀ ਹੋਣ ਕਰਕੇ ਡਾਕਟਰ ਕਿਸੇ ਹੋਰ ਮਰੀਜ਼ ਦੇ ਨਾਲ ਬਿਜੀ ਸੀ ਜਿਸ ਕਰਕੇ ਉਸ ਨੂੰ ਇਸ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਬਿਊਰੋ ਰਿਪੋਰਟ ਐਂਜਲ ਪੰਜਾਬੀ ਨਿਊਜ਼।